ਤਹਿਲਕਾ ਪੰਜਾਬ ਦਾ ਵੈਬ ਟੀਵੀ ਨਿਊਜ਼ ਚੈਨਲ www.tehlkapunjab.tv। ਕੋਈ ਨਾ ਕਰੀ ਜਾਣੇ, ਇੱਕ ਵਾਰ ਹੋ ਜਾਣੇ, ਕੋਈ ਨਾ ਆਪਾਂ ਦੇਖੇ ਜਾਣੇ ਉਹਦਾ ਜਾਣੇ ਹੀ ਨਹੀਂ। ਸਾਰੀ ਇੱਕ ਤੋਂ ਪੰਜ ਨੌ ਸਾਲ ਦੀ ਉਮਰ ਕਰੀ ਕੱਢ ਦੋ ਪਾਣੀ ਪੀ ਨਿਕਲਦਾ ਇਹਨਾਂ ਦਾ, ਜਿਹੜਾ ਕਬੂਤਰ ਛੱਡੀ ਜਾਓ ਨਾਲ ਨਾਲ ਲਿਖਦਾ ਨੰਬਰ ਉਹ ਕਿੱਕ ਕਰਨੇ ਆ ਯਾਰ ਪੈਨ ਕੋਈ ਨੀ ਕਰੀ ਦੋ ਨੰਬਰ ਧਾਮੀ ਨੰਗਲ ਜੀ ਅੱਛਾ ਜੀ ਸਿੰਘ ਰਾਏਪੁਰ ਕਿੱਥੇ ਆ ਬਈ ਪਹਿਲਾਂ ਬੋਲਿਆ ਪੰਜ ਮਿੰਟ ਪਹਿਲਾਂ ਕੋਈ ਨੀ ਯਾਰ ਅਨਾਉਂਸਮੈਂਟ ਕਰੀ ਇਹਨੇ ਕਰੀ ਕੀ ਜਾਂਦੇ ਯਾਰ ਤੁਸੀਂ ਆਪਣੇ ਜਿਹੜੇ ਵੀ ਕਬੂਤਰ ਖਿਡਾਰੀ ਆਪਣੇ ਮੋਹਰਾਂ ਨੂੰ ਲਾ ਕੇ ਗੁਰੂ ਤੋਂ ਕਟਾਈ
ਜ਼ਿਆਦਾ ਉੱਡਦਾ ਜੇ ਕਬੂਤਰ ਜ਼ਿਆਦਾ ਉੱਡ ਰਿਹਾ ਜੇ 7 ਵਜੇ ਦਾ ਟਾਈਮ ਆ ਸਾਡਾ ਵੀ 7 ਵਜੇ ਜੇ ਸਾਂਝ ਕਰ ਸਕਦੇ ਸਾਰੇ ਖਿਡਾਰੀ ਉੱਡਦੇ ਆ ਉਹਨਾਂ 'ਚ ਡਿਵਾਈਡ ਹੋ ਜਾਂਦਾ ਪੈਸਾ ਸਾਰਾ 1,00,000 ਰੁਪਇਆ ਡਿਵਾਈਡ ਹੋ ਜਾਣਾ ਤੇ ਹੁਣ ਜਿਹੜੇ ਆਏ ਆ ਬੰਦੇ ਕਬੂਤਰ ਹੈਗੇ ਕਿੱਥੋਂ ਆਏ ਉਹ ਦੂਰ ਰਾਜਪੁਰੇ ਤੱਕ ਰਾਜਪੁਰੇ ਰਾਜਪੁਰੇ ਬੰਦਾ ਆਇਆ ਮੋਟਰਸਾਈਕਲ ਰਾਤ 2 ਵਜੇ ਦਾ ਚੱਲਿਆ ਕਿੱਥੇ ਕੀ ਨਾਮ ਕੀ ਤੁਹਾਡਾ ਕਿਹੜੀ ਜਗ੍ਹਾ ਤੁਸੀਂ ਆਏ ਮੇਰਾ ਨਾਮ ਹਰਵਿੰਦਰ ਸਿੰਘ ਹੈ ਮੈਂ ਰਾਜਪੁਰੇ ਤੋਂ ਆਇਆ ਜੋ ਕਿ ਪਟਿਆਲੇ ਦੇ ਨਾਲ ਹੈ ਤੇ ਮੈਂ ਇੱਥੇ ਖਾਸ ਟੂਰਨਾਮੈਂਟ ਲਈ ਆਇਆ ਕਿਉਂਕਿ ਜੋ ਉਸਤਾਦ ਸਰਵਨ ਸਿੰਘ ਜੀ ਕਰਾਉਂਦੇ ਨੇ ਮੇਰੇ ਉਸਤਾਦ ਜੀ ਨੇ ਤੇ ਇਹਨਾਂ ਬਹੁਤ ਵਧੀਆ ਟੂਰਨਾਮੈਂਟ ਕਰਾਉਂਦੇ ਨੇ ਤੇ ਜੋ ਕਿ ਸਾਫਬਾਜ਼ੀ ਹੁੰਦੀ ਹੈ ਕੋਈ ਰੋਲਾ ਨਹੀਂ ਹੁੰਦਾ ਇਹਦੇ ਵਿੱਚ ਇਨਸਾਫ ਜਿਹਾ ਹੁੰਦਾ ਕਿੰਨੇ ਸਾਲਾਂ ਤੋਂ ਤੁਸੀਂ ਟੂਰਨਾਮੈਂਟ ਚੱਲੇ ਨੇ ਕਿੰਨੇ ਕਬੂਤਰ ਤੁਸੀਂ ਹੋਣਗੇ ਮੈਨੂੰ ਹੋ ਗਿਆ ਘੱਟੋ ਘੱਟ 5-6 ਸਾਲ ਹੋ ਗਏ ਆ ਤੇ ਮੈਂ ਇੱਥੇ ਅੱਜ 1 ਕਬੂਤਰ ਲੈ ਕੇ ਆਇਆ ਹਾਂਜੀ ਕੀ ਉਮੀਦ ਕੀ ਹੈ ਜਿੱਥੋਂ ਤੋਂ ਕਬੂਤਰ ਹਾਂਜੀ ਉਮੀਦ ਹੈ ਉਸਤਾਦ ਜੀ ਦਾ ਆਸ਼ੀਰਵਾਦ ਦੇ ਨਾਲ ਕਬੂਤਰ ਆਪਣਾ ਅੱਜ ਵੀ ਉੱਡ ਰਿਹਾ ਤੇ ਉਮੀਦ ਆਪਾਂ ਨੂੰ ਪੂਰੀ ਹੈ ਕਿ ਜਿੱਤੇਗਾ ਆਪਣਾ ਕੀ ਨਾਮ ਕੀ ਤੁਹਾਡਾ ਪਿੰਕਾ ਜੀ ਬਸੀ ਸ਼ੇਖ ਤੋਂ ਜਲ ਬਸੀ ਸ਼ੇਖ ਜਲੰਧਰ ਤੋਂ ਰਹਿਣ ਵਾਲੇ ਨੇ ਤੇ ਕਾਫੀ ਡੇਰੀ ਤੋਂ ਆਪਾਂ ਜਾਣੀਆਂ ਪਏ ਆ ਬਾਈਆਂ ਬੁਈਆਂ ਦਾ ਪੰਜ ਕਰੀ ਦੀਆਂ ਜਿੱਤੀ ਗਈਆਂ ਹਾਰੀ ਦੀਆਂ ਤੇ ਟੂਰਨਾਮੈਂਟ ਨੇ ਆਪਾਂ ਜਿੱਤੇ ਕਦੇ ਤੇ ਅੱਜ ਪਤਾ ਨੀ ਕੋਈ ਰੱਬ ਦੇ ਦੇਵੇ ਤਾਂ ਆਪਾਂ ਕਹਿ ਨੀ ਸਕਦੇ ਤੇ ਹੋਰ ਬਾਕੀ ਉਹਦੇ ਤਿਆਰੀ ਤਾਂ ਫੁੱਲਿਆ ਜੀ ਤਿਆਰੀ ਫੁੱਲ ਤਿਆਰੀ ਜਿੱਦਾਂ ਆਪਾਂ ਚੱਲਦੇ ਭਾਈ ਪਾਣੀ ਧਾਣੀ ਗਿਰੀਆਂ ਸ਼ਰੀਆਂ ਹੋਰ ਕੀ ਖੁਰਾਕ ਯਾਰ ਹੁਣ ਇਹ ਤਾਂ ਸਰੋ ਸਕਦਾ ਯਾਰ ਕਿਹਾ ਜਾਂਦਾ ਸਰ ਕੀ ਤੁਹਾਡਾ ਨਾਮ ਕਿਹੜੀ ਪਿੰਡ ਕਿੰਨੇ ਲੈ ਗਿਆ ਜੀ ਇਸ ਤਰ੍ਹਾਂ ਬਚਪਨ ਤੋਂ ਹੀ ਲਈ ਕਾਫੀ 15-20 ਸਾਲ ਕੀ ਤੁਸੀਂ ਖਾਸ ਟ੍ਰੇਨਿੰਗ ਖਾਸ ਤੇ ਬਸ ਘਰੇ ਹੀ ਆ ਜੀ ਕੱਪੜੇ ਲੈ ਕੇ ਆਏ ਆ ਗਿੱਧੇ ਉਹਨੂੰ ਪਹੁੰਚ ਜਾਣ ਲੱਗ ਜਾਂਦੇ ਜੀ ਕਿੰਨੀ ਦੇਰ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਕਬੂਤਰ ਤਿਆਰ ਹੁੰਦਾ ਹੈ ਟੂਰਨਾਮੈਂਟ ਦੇ ਸਾਲਾਂ ਵਾਸਤੇ 2 ਮਹੀਨੇ ਬਾਅਦ ਛੱਡਦੀ ਇੱਕ 2 ਮਹੀਨੇ ਕਬੂਤਰਾਂ ਬਾਰੇ ਖੋਲ ਕੇ ਦੱਸਦੀ ਹਾਂਜੀ ਮੇਰਾ ਨਾਮ ਕਰਮ ਸਿੰਘ ਹੈ ਜੀ ਅੱਛਾ ਕਰਮ ਸਿੰਘ ਜੀ ਇਹ ਦੱਸੋ ਵੀ ਜਿਹੜੇ ਟੂਰਨਾਮੈਂਟ ਜਾਂਦੇ ਆ ਤੇ ਤੁਹਾਡੇ ਕਿੰਨੇ ਸ਼ੇਅਰ ਲੈ ਕੇ ਆਏ ਕਿੱਦਾਂ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੰਦੇ ਕੀ ਇਹਨਾਂ ਨੂੰ ਖੁਰਾਕ ਦਿੰਦੇ ਸਾਰਾ ਕੁਝ ਦੇਖੋ ਜੀ ਕਬੂਤਰਾਂ ਦੀ ਜਿਹੜੀ ਖੁਰਾਕ ਹੈਗੀ ਹੈ ਇਹ ਤਾਂ ਜਿੰਨੀ ਵੀ ਦੇ ਲਓ ਚੰਗੀ ਉਨੀ ਅੱਛਾ ਪਰ ਖਿਡਾਰੀ ਅੱਜ ਕੱਲ੍ਹ ਕਬੂਤਰਾਂ ਨੂੰ ਖੁਰਾਕ ਦਿੰਦੇ ਨੇ ਕਿ ਇਹਨਾਂ ਵਾਸਤੇ ਚਾਹੀਦੇ ਆ ਬਦਾਮਾਂ ਦੀਆਂ ਗਿਰੀਆਂ ਘੱਟ ਤੋਂ ਘੱਟ ਬਦਾਮਾਂ ਦੀਆਂ ਗਿਰੀਆਂ ਭਿਉਂ ਕੇ ਇਹਨਾਂ ਨੂੰ ਪਾਈਆਂ ਜਾਣ ਫਿਰ ਇਹਨਾਂ ਦੀ ਖੁਰਾਕ ਤਾਂ ਕਬੂਤਰ ਉਡਾਰ ਕੱਢਦੇ ਆ ਅੱਜ ਕੱਲ੍ਹ ਕੋਈ ਖਿਡਾਰੀ ਨਹੀਂ ਕਬੂਤਰਾਂ ਨੂੰ ਦਿੰਦਾ ਇਸ ਤਰ੍ਹਾਂ ਕਬੂਤਰ ਉਡਾਏ ਜਾਂਦੇ ਕੋਈ ਦਵਾਈਆਂ ਲਾਈ ਜਾਂਦੇ ਆ ਤੇ ਬਾਕੀ ਹੋਰ ਤਾਂ ਜੋ ਚੀਜ਼ਾਂ ਸਾਰੇ ਖਿਡਾਰੀ ਨੂੰ ਪਤਾ ਹੀ ਆ ਦਾਣਾ ਅੱਛਾ ਹੋਵੇ ਕੀ ਖੁਰਾਕ ਦੀ ਲੋੜ ਹੁੰਦੀ ਹੈ ਸਾਰੀ ਦੇਖੋ ਜੇ ਕਬੂਤਰਾਂ ਵਾਸਤੇ ਤੇ ਕਣਕ ਵੀ ਠੀਕ ਹੈ ਬਾਜਰਾ ਠੀਕ ਹੈ ਸਰੋਂ ਹੈ ਹੁਣ ਸਰੋਂ ਪਾਉਣ ਦਾ ਤਰੀਕਾ ਹੈ ਕਿ ਜੇ ਸਰੋਂ ਅੱਜ ਪਾਈ ਹੋਵੇ ਕਿੰਨਾ ਮਰਜ਼ੀ ਮੀਂਹ ਪੈਂਦਾ ਹੋਵੇ ਤੇ ਕਬੂਤਰ ਬਰਸਾਤ ਚ ਪਰਵਾਹ ਨਹੀਂ ਕਰਦਾ ਕਿਉਂਕਿ ਉਹਤੇ ਪਾਣੀ ਸਲਿਪ ਕਰਦਾ ਤੇ ਬਦਾਮ ਦੇ ਘੱਟ ਤੋਂ ਘੱਟ ਕਬੂਤਰਾਂ ਨੂੰ 1 ਦਿਨ ਦੇ ਵਿੱਚ ਘੱਟ ਤੋਂ ਘੱਟ ਵੀ ਜ਼ਿਆਦਾ ਨਹੀਂ ਗੁੰਜਾਇਸ਼ ਬਣਦੀ ਤੇ 5-10 ਗਿਰੀਆਂ ਜ਼ਰੂਰ ਚਾਹੀਦੀਆਂ ਪਾਣੀ 'ਚ ਭਿਉਂਵੇ ਰਾਤ ਨੂੰ ਕਰਕੇ ਉਹਦੇ ਬਣਾ ਕੇ ਉਹਨੂੰ ਦਿਓ
ਜੀ ਹਾਂਜੀ, ਜਿਸ ਤਰ੍ਹਾਂ ਆਪਾਂ ਆਪਣੀ ਡਾਇਟ ਅੱਛੀ ਰੱਖੀਏ ਤੇ ਆਪਣਾ ਸਰੀਰ ਫਿਟਨੈਸ ਹੈ, ਤੇ ਜੇ ਆਪਾਂ ਡਾਇਟ ਹੀ ਨਹੀਂ ਅੱਛਾ ਰੱਖਾਂਗੇ ਤਾਂ ਕਬੂਤਰ ਕਿਸ ਤਰ੍ਹਾਂ ਉੱਡੇਗਾ? ਅੱਛਾ, ਇਹ ਵੀ ਕਿਹਾ ਜਾਂਦਾ ਟੂਰਨਾਮੈਂਟ ਵਾਸਤੇ ਖਿਡਾਰੀ ਉਹਨਾਂ ਨੂੰ ਅਫੀਮ ਵਗੈਰਾ ਵੀ ਦੇ ਦਿੰਦੇ? ਨਹੀਂ ਨਹੀਂ, ਗੱਲ ਹੈ ਕਿ ਜੇ ਅਸੀਂ ਨਸ਼ੇ ਨਾਲ ਕਬੂਤਰ ਉਡਾਉਂਦੇ ਹਾਂ ਤਾਂ ਉਹ ਸਾਡੀ ਬੇਵਕੂਫੀ ਹੈ। ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜਿੰਨੇ ਕੰਪੀਟੀਸ਼ਨ ਚੱਲਦੇ ਫਟ ਫਟ ਪਤਾ ਲੱਗਦਾ ਕਿਹਨੇ ਟੀਕਾ ਲਾਇਆ ਸੀਗਾ ਵੀ ਐਥਲੀਟ ਨੇ, ਪਤਾ ਲੱਗ ਜਾਂਦਾ, ਤੇ ਜਾਨਵਰ ਦਾ ਵੀ ਸਾਨੂੰ ਪਤਾ ਲੱਗ ਜਾਂਦਾ। ਪਤਾ ਹੁੰਦਾ ਜੀ ਕਬੂਤਰ ਜਿਹਨੇ ਨਸ਼ਾ ਕੀਤਾ ਨਾ, ਪਹਿਲੀ ਤਾਂ ਗੱਲ ਕੋਸ਼ਿਸ਼ ਕਿ ਘਰ ਨਹੀਂ ਪਏਗਾ, ਜੇ ਕਰੇਗਾ ਜਿੱਥੇ ਪਾਣੀ ਹੋਏਗਾ। ਜੇ ਤੁਹਾਨੂੰ ਫੀਮ ਤੁਸੀਂ ਦੇਤੀ ਹੈ ਤੇ ਉਹਦੀ ਜਿਹੜੀ ਸ਼ਾਹ ਆ ਗਿਆ ਨਾ, ਉਹ ਅੰਦਰੋਂ ਖੁਸ਼ਕ ਹੋਣੀ ਸ਼ੁਰੂ ਹੋਏਗੀ। ਜਦੋਂ ਖੁਸ਼ਕ ਹੋਣੀ ਸ਼ੁਰੂ ਹੋਏਗੀ ਤੇ ਸਮਝ ਲਓ ਕਬੂਤਰ ਨਸ਼ਾ ਕਰਤਾ, ਉਹ ਪਾਣੀ ਵੇਖੇਗਾ ਕਿੱਥੇ, ਪੂਰੀ 47 ਜਾਂ 45 ਡਿਗਰੀ ਗਰਮੀ ਹੋਏਗੀ, ਕਬੂਤਰ ਛੱਪੜ ਚ ਜਾ ਡਿੱਗੇਗਾ। ਸਾਡੇ ਕੋਲ ਪੰਜਾਬ ਦੇ ਸਮਝੋ ਸਾਰੇ ਖਿਡਾਰੀ ਆਏ, ਸਾਡੇ ਕੋਲ ਤਰਨ ਤਾਰਨ ਤੋਂ ਆਏ ਜੇ, ਸਾਡੇ ਕੋਲ ਇਸ ਟਾਈਮ ਬਠਿੰਡੇ ਤੋਂ ਵੀ ਆਇਆ, ਸਾਡੇ ਕੋਲ ਰਾਜਪੁਰੇ ਤੋਂ ਵੀ ਮੁੰਡਾ ਇੱਕ ਆਇਆ, ਭਿੰਡਰ ਕਲਾਂ ਤੋਂ ਵੀ ਆਇਆ, ਬਾਕੀ ਸਾਡੇ ਕੋਲ ਹੋਰ ਚੰਗੀ ਚੰਗੀ ਜਗ੍ਹਾ ਤੋਂ ਖਿਡਾਰੀ ਆਏ ਆ। ਮੈਨੂੰ ਜੇ ਘੱਟੋ ਘੱਟ 40 ਸਾਲ ਹੋ ਗਿਆ ਟੂਰਨਾਮੈਂਟ ਕਰਾਉਂਦਿਆਂ ਨੂੰ। ਮੈਂ ਜਿਹੜਾ ਮੇਰਾ ਪੰਜਾਬ ਦਾ ਟੂਰਨਾਮੈਂਟ ਆ, ਮਹਾਰਾਜਾ ਰਣਜੀਤ ਸਿੰਘ ਪੀਅਨ ਫਲਾਇੰਗ ਕਲੱਬ ਆ ਮੇਰੀ ਬਣੀ ਹੋਈ, ਜਿਹੜੀ 51 ਸਾਲ ਹੋ ਗਿਆ ਕਰਦਿਆਂ ਨੂੰ। ਜਿਹੜੇ ਉਹਨਾਂ ਵਿੱਚ ਪਹਿਲਾਂ 15 ਸਾਲ ਸਰਦਾਰ ਕਰਮ ਸਿੰਘ ਜੀ ਨੇ ਫਿਰੋਜ਼ਪੁਰ ਕਰਾਇਆ ਸੀ, ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਆਪਣੀ ਸੰਸਥਾ ਦੇ ਦਿੱਤੀ ਸੀ, ਹੁਣ ਉਹ ਮੈਂ ਕਰਾ ਰਿਹਾ। 51ਵਾਂ ਟੂਰਨਾਮੈਂਟ ਹੋ ਰਿਹਾ ਜਿਹੜਾ ਪੰਜਾਬ ਦੇ, ਉਹਦੇ ਪ੍ਰਾਈਜ਼ਿਸ ਗੁਣ ਅੱਜ ਹੋ ਰਹੇ ਇੱਥੇ, ਜਿਹੜੇ ਸਾਡੇ MP ਸਾਹਿਬ ਆ ਰਹੇ ਬਣ ਰਹੇ ਆ। ਤੇ ਉਦਾਂ ਜਿਹੜੇ ਅੱਜ ਕੱਲ੍ਹ ਜਿਹੜੇ ਅੱਜ ਜਿਹੜਾ ਟੂਰਨਾਮੈਂਟ ਪੇਂਡੂ ਕਬੂਤਰਾਂ ਦਾ ਹੋ ਰਿਹਾ, ਉਹਦੇ ਵਿੱਚ ਘੱਟੋ ਘੱਟ ਨਹੀਂ 60 ਖਿਡਾਰੀ ਆਏ ਹੋਏ ਆ ਜਿਹੜੇ ਹਿੱਸਾ ਲੈ ਰਹੇ ਅੱਜ। ਜਿਹੜਾ 60 ਖਿਡਾਰੀਆਂ ਦੇ ਕਬੂਤਰ ਉੱਡ ਰਹੇ ਆ ਇਸ ਵੇਲੇ, ਉਹ ਮੇਲਾ ਲੱਗਾ ਹੋਇਆ ਪੂਰਾ ਇਸ ਵੇਲੇ, ਤੇ ਉਹਦੇ ਵਿੱਚ ਅਸੀਂ ਪ੍ਰਾਈਜ਼ ਡਿਸਟ੍ਰੀਬਿਊਟਿੰਗ ਕਰਾਂਗੇ। ਜੇ ਤੇ ਫਾਈਨਲ ਚ ਕਬੂਤਰ ਜਾਂਦਾ ਕੱਲਾ, ਉਹ ਕੱਲਾ ਪੈਸਾ ਸਾਰਾ ਲੈ ਜਾਊਗਾ, ਉਹਦਾ 800 ਰੁਪਇਆ ਐਂਟਰੀ ਆ, ਉਹ ਸਾਰਾ ਅਸੀਂ ਕੱਲੇ ਨੂੰ ਦੇ ਦੇਣਾ। ਜੇ ਨਹੀਂ ਉਹ ਫਾਈਨਲ ਚ ਕੱਲਾ ਲਿਜਾਂਦਾ, ਸਾਂਝ ਪੈ ਜਾਂਦੀ ਆ, ਉਹ ਸਾਰਿਆਂ ਚ ਪੈਸਾ ਡਿਵਾਈਡ ਹੋ ਜਾਂਦਾ, 10 ਕਬੂਤਰ ਖਿਡਾਰੀਆਂ ਜਾਂ 5 ਖਿਡਾਰੀਆਂ ਜਿੱਦਾਂ ਵੀ ਆ, ਉਹ ਡਿਵਾਈਡ ਹੋ ਜਾਂਦਾ ਵਾ। ਔਰ ਬਾਕੀ ਜਿਹੜਾ ਇਹਦੀ ਦੇਣ ਜਾਰੀ ਆ ਮੈਨੂੰ ਇਸ ਗੇਮ ਦੀ, ਇਹ ਮੇਰੇ ਸਰਦਾਰ ਕਰਮ ਸਿੰਘ ਜੀ ਉਸਤਾਦ ਜੀ ਆ, ਜਿਨ੍ਹਾਂ ਦੀ ਬਦੌਲਤ ਮੈਂ ਇੰਨਾ ਨਾਂ ਕਮਾਇਆ। ਮੈਂ ਆਪ 2 ਵਾਰੀ ਵਰਲਡ ਚੈਂਪੀਅਨ ਬਣ ਚੁੱਕਾ, ਗਰੀਨ ਅੱਖਾਂ ਵਾਲੇ ਕਬੂਤਰ ਆ ਮੇਰੇ ਮਸ਼ਹੂਰ ਸਾਰੇ ਵਰਲਡ ਚ, ਉਹਨਾਂ ਦੀ ਬਦੌਲਤ ਮੈਂ ਅਮਰੀਕਾ ਤੋਂ ਤੇ ਕੈਨੇਡਾ ਤੋਂ ਵਰਲਡ ਚੈਂਪੀਅਨ ਦਾ ਅਵਾਰਡ ਜਿੱਤ ਚੁੱਕਾ, ਤੇ 9 ਵਾਰੀ ਮੈਂ ਇੰਡੀਆ ਚੈਂਪੀਅਨ ਹਾਂ, ਤੇ 10 ਵਾਰੀ ਮੈਂ ਪੰਜਾਬ ਚੈਂਪੀਅਨ ਹਾਂ। ਤੇ ਉਹਨਾਂ ਦੀ ਬਦੌਲਤ ਮੈਨੂੰ ਅੱਜ ਕੱਲ੍ਹ ਇੰਨਾ ਮਾਣ ਮਿਲਦਾ ਪਿਆ, ਹਰ ਮੈਂ ਪਿੰਡਾਂ ਚ ਹਰ ਸ਼ਹਿਰ ਚ ਜਿੱਥੇ ਵੱਡੇ ਮੁਕਾਬਲੇ ਹੁੰਦੇ ਮੈਨੂੰ ਮਾਣ ਦਿੱਤਾ ਜਾਂਦਾ। ਮੈਂ ਖੁਦ ਮੁੱਖ ਮਹਿਮਾਨ ਬਣ ਕੇ ਚੀਫ ਗੈਸਟ ਜਾਂਦਾ ਪਿਆ ਅੰਮ੍ਰਿਤਸਰ, ਹੁਣ ਫੰਕਸ਼ਨ ਹੋਇਆ ਪਿਛਲੇ ਸੰਡੇ, ਉੱਥੇ ਮੋਟਰਸਾਈਕਲ ਨਾਮ ਦਿੱਤਾ ਗਿਆ, LCD ਦਿੱਤੀ ਗਈ ਵੱਡੀ, ਤੇ ਨਾਲ ਫਰਿੱਜ ਦਿੱਤਾ ਗਿਆ, ਤੇ ਲਾਸਟ ਕਬੂਤਰ ਦਾ 5100 ਰੁਪਈਆ ਨਾਲ ਕੱਪ ਦਿੱਤਾ ਗਿਆ। ਅਸੀਂ ਬਹੁਤ, ਮੈਨੂੰ ਇਹ ਸ਼ੌਂਕ ਆ, ਮੈਂ ਇਸ ਗੇਮਾਂ ਨੂੰ ਬਾਦਲ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ 2 ਵਾਰੀ ਰਿਕੁਐਸਟ, 3 ਵਾਰੀ ਕਰ ਚੁੱਕਾ ਵੀ ਸਾਡੀ ਗੇਮਾਂ ਦੇ ਵਿੱਚ ਐਂਟਰ ਕੀਤੀ ਜਾਵੇ ਇਹ ਗੇਮ। ਜੇ ਬਾਦਲ ਸਾਹਿਬ ਸਾਡੀਆਂ ਗੇਮਾਂ 'ਚ ਐਂਟਰ ਕਰ ਦਿੰਦੇ ਆ ਤੇ ਸੋਨੇ ਤੇ ਸੁਹਾਗਾ ਵਾ, ਅਸੀਂ ਵੀ ਖਿਡਾਰੀ ਬਣ ਗਏ ਆ। ਪਹਿਲਾਂ ਕਬੂਤਰ ਵਾਇਕ ਵਾਨੇ ਸੀ, ਹੁਣ ਅਸੀਂ ਇਸ ਵੇਲੇ ਕਬੂਤਰ ਖਿਲਾੜੀ ਕਰਾ ਰਹੇ ਹਾਂ। ਪਿਛਲੇ ਸੰਡੇ ਤੋਂ ਇੱਕ ਟੂਰਨਾਮੈਂਟ ਮਾਲ ਵਿੱਚ ਹੋਇਆ, ਉਹਦੇ ਵਿੱਚ ਟਰੈਕਟਰ ਨਾਮ ਦਿੱਤਾ ਗਿਆ,
ਦੇਖੋ ਕਿੰਨਾ ਮਾਣ ਆ ਸਾਨੂੰ ਵੀ ਟਰੈਕਟਰ ਸਾਡੇ ਬਾਹਰੋਂ ਆ ਗਏ ਖਿਡਾਰੀ ਨੇ, ਕਬੂਤਰ ਕਿਸੇ ਦਾ ਲੈ ਕੇ ਛੱਡ ਕੇ ਤੇ ਆਪਣਾ ਉਹ ਟਰੈਕਟਰ ਨਾਮ ਜਿੱਤ ਗਿਆ ਤੇ ਕਿੰਨੀ ਸਾਨੂੰ ਖੁਸ਼ੀ ਹੋਈ। NRI ਬਾਹਰੋਂ ਆ ਗਏ, ਕਿਸੇ ਕੋ ਕਬੂਤਰ ਲੈ ਕੇ ਆਪਣਾ ਉਹਨੇ ਐਂਟਰੀ ਕਰਾਈ ਤੇ ਕਬੂਤਰ ਉਹਦਾ ਜਿੱਤਿਆ, ਜਸਕਰਨ ਹੈਗਾ ਵਾ, ਮੈਨੂੰ ਬਹੁਤ ਖੁਸ਼ੀ ਹੋਈ ਆ ਜਿਹੜਾ ਜਸਕਰਨ ਟਰੈਕਟਰ ਨਾਮ ਜਿੱਤਿਆ। ਮੈਨੂੰ ਇਹ ਸ਼ੌਂਕ ਆ ਵੀ ਮੇਰੇ ਜਿਹੜਾ ਪੰਜਾਬ ਦਾ ਵੀ ਖਿਡਾਰੀ ਮੇਰੇ ਜਲੰਧਰ ਦਾ ਕੋਈ ਬੰਦਾ ਤੇ ਮੈਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ, ਜੇ ਕੋਈ ਪੰਜਾਬ ਚੋਂ ਵੀ ਜਿੱਤਦਾ ਮੈਨੂੰ ਉਹ ਤੋਂ ਵੀ ਜ਼ਿਆਦਾ ਖੁਸ਼ੀ ਆ ਵੀ ਮੈਂ ਜਿੱਦਾਂ ਨਾ ਕਮਾਰਿਆ ਇੱਦਾਂ ਹੀ ਮੇਰੇ ਕਬੂਤਰ ਖਿਡਾਰੀ ਨਾ ਕਮਾਉਂਦੇ ਰਹਿਣ। ਮੈਂ ਸਾਰੇ ਕਬੂਤਰ ਖਿਡਾਰੀਆਂ ਦਾ ਧੰਨਵਾਦ ਕਰਦਾ ਜਿੰਨੇ ਸੱਠ ਆਏ ਆ ਤੇ ਬਾਕੀ ਆ ਚੈਨਲ ਵਾਲਿਆਂ ਦਾ ਤੇ ਬਾਕੀ ਜ਼ਿਆਦਾ ਜ਼ਿਆਦਾ ਮੈਂ ਰਿੰਪੀ ਭਾਜੀ ਦਾ ਆਪਣਿਆਂ ਦਾ ਕਰਦਾ ਜਿਹੜੇ ਮੇਰੀ ਕਵਰਿੰਗ ਕਰਦਾ। ਲੋ ਜੀ ਜਿਹੜਾ ਕਬੂਤਰ ਵਾਜ ਦਾ ਲਵੇ ਸੀ ਨਾ, ਉਹ ਸਾਡੇ ਜਿਹੜੇ ਸਿੰਗਰ ਸੀ ਬਾਹਰ ਬੰਦਿਆਂ ਨੂੰ ਭੇਜਦੇ ਸੀ, ਉਹ ਕਬੂਤਰ ਵਾਜ ਕਵਾਉਂਦੇ ਸੀ। ਅਸੀਂ ਕਬੂਤਰ ਖਿਡਾਰੀ ਆ, ਅਸੀਂ ਦੇਖੋ ਲੱਖਾਂ ਰੁਪਿਆਂ ਦੀਆਂ ਗਿਰੀਆਂ ਖਵਾਉਂਦੇ ਆ ਤੇ ਲੱਖਾਂ ਰੁਪਿਆਂ ਦੀਆਂ ਕਸਤੂਰੀ ਦੇਖੋ ਕਿੰਨੀ ਮਹਿੰਗੀ ਆ, ਇਸ ਵੇਲੇ ਮੁਸਕੰਬਰ ਕਿੰਨਾ ਮਹਿੰਗਾ ਵਾ, ਸੁੱਚੇ ਮੋਤੀ ਕਿੰਨੇ ਮਹਿੰਗੇ ਆ। ਇਹਨਾਂ ਦੀ ਅਸੀਂ ਜਿਹੜੀ ਡਾਇਟ ਬਣਾ ਕੇ ਅਸੀਂ ਦਿੰਦੇ ਕਬੂਤਰਾਂ ਨੂੰ ਤੇ ਚਾਰੇ ਮਗਜ ਹਰ ਚੀਜ਼ ਦੀ ਅਸੀਂ ਖੁਰਾਕ ਦਿੰਦੇ ਆ, ਅਸੀਂ ਤਾਂ ਖਿਡਾਰੀ ਬਣਦੇ ਆ। ਜਿੱਦਾਂ ਭਲਵਾਨ ਆਪਣਾ ਭਲਵਾਨੀ ਘੋਲਦਾ ਵਾ ਡਾਇਟ ਖਾ ਕੇ, ਉਦਾਂ ਅਸੀਂ ਆਪਣੇ ਕਬੂਤਰਾਂ ਨੂੰ ਖੁਰਾਕ ਖਵਾ ਕੇ ਫਿਰ ਅਸੀਂ ਖਾੜੇ ਚ ਲਿਆਉਂਦੇ ਆ। ਕੋਈ ਕਹਿੰਦੇ ਲੋਕੀ ਵੀ ਨਸ਼ਾ ਦੇ ਕੇ ਡਾਂਦੇ, ਨਸ਼ਾ ਦੇ ਕੇ ਕੋਈ ਨੀ ਗਾਏ, ਮੇਰੀ ਗੱਲ ਸੁਣ ਲਓ ਭਰਾਓ, ਇਹ ਕਬੂਤਰ ਖਿਡਾਰੀ ਅਸੀਂ ਬਣਦੇ ਆ ਆਪਣੀ ਡਾਇਟ ਦੇ ਸਿਰ ਤੇ। ਜਿੱਦਾਂ ਭਲਵਾਨ ਖਵਾ ਕੇ ਭਲਵਾਨੀ ਕਰਦਾ, ਉਦਾਂ ਹੀ ਸਾਡੇ ਕਬੂਤਰ ਭਲਵਾਨੀ ਕਰਦੇ ਆ ਮੈਦਾਨ ਚ ਆ ਕੇ, ਅਸੀਂ ਡਾਇਟ ਖਵਾਉਂਦੇ ਫਿਰ ਜਿੱਤਦੇ ਆ। ਖੜਾ ਹੋ ਜਿੰਗ ਕਰ ਰਿਹਾ, ਨਾ ਖੜਾ ਜੱਜ ਖੜਾ, ਨਾ ਜੱਜਿੰਗ ਕਰ ਰਿਹਾ, ਬਿੱਲਾ ਆਹੋ ਦਿਖਦਾ ਵੀ ਬਿੱਲਾ ਵੀ ਆ ਦਰਬਾਰ ਜੀ ਖੜੇ ਬਾਹਰਲੇ ਲੈ ਕੇ ਬਾਰਡਰ ਮੈਂ ਜੋ ਮੈਂ ਮਾਸਟਰ ਸੀਗਾ, ਮੈਂ ਕੰਟਿੰਗ ਮਾਸਟਰ, ਤੁਸੀਂ ਮੇਰੇ ਕੋਲ ਲੰਘੋ, ਮੈਨੂੰ ਪਤਾ ਲੱਗ ਗਿਆ ਬੰਦਾ ਕਾਹਦੇ ਸਰਪੰਚ ਸਾਹਿਬ ਦੀ ਸਟੈਂਪ ਲਵਾਈ ਹੈਗਾ। ਇਹ ਕਿੰਨੇ ਘੰਟੇ ਉੜ ਗਿਆ ਭਾਈ? 5 ਵਜੇ ਤੋਂ ਬਾਅਦ ਵਿੱਚ 5 ਵਜੇ ਤੋਂ 9 ਵਜੇ ਦਾ ਉੜਿਆ ਹੋਇਆ ਨਜ਼ਰੀ। ਮੈਨੂੰ ਕੀ ਪਤਾ ਪਾਗਲਾ ਕਿ ਨਹੀਂ, ਪਤਾ ਨੀ ਆਇਆ ਕਿਹੜਾ ਬੜਾ ਜਿਹੜਾ ਬੋਲਦਾ ਬਹੁਤ ਪਿਆ ਹੋਇਆ ਸਟੇਸ਼ਨ ਮਾਸਟਰ ਥੱਲੇ ਆਉਣ ਲੱਗ ਗਏ ਆਦਿ ਸਿਧਰ ਕਿੰਨੇ ਪਿੱਛੇ ਹੋਣੇ।
ਇਸ ਗੇਮ ਨੂੰ ਇਸ ਵੇਲੇ ਬਹੁਤ ਬੁਲੰਦੀਆਂ ਛੂੰਦੀ ਪਈ ਆ। ਕਿੱਥੇ ਨਹੀਂ ਤਾਂ ਕਿਸੇ ਪਿੰਡਾਂ ਦੇ ਵਿੱਚ ਕਬੂਤਰ ਖਿਡਾਰੀ ਮਿਲਦਾ ਨੇ, ਜਿਸ ਪਿੰਡ ਜਾਂਦੇ ਆ ਅੱਜ ਕੱਲ 50-50 ਪਿੰਡ ਦੇ ਵਿੱਚ ਕਬੂਤਰ ਖਿਡਾਰੀ ਮਿਲ ਜਾਂਦੇ ਆ। ਚਲੋ ਆ ਜੀ ਆ ਜੀ ਇਹ ਜੀ ਸੱਤ ਜੇ ਸਾਂਝ ਹੋ ਜਾਂਦਾ ਆਪਸ 20 ਖਿਡਾਰੀਆਂ ਦੀ 15 ਖਿਡਾਰੀਆਂ ਦੀ, ਜਿਹਦਾ ਧੁੱਪ ਜ਼ਿਆਦਾ ਲੱਗਦੀ ਅਤੇ ਇੰਨਾ ਵਾ ਕਬੂਤਰ ਜ਼ਿਆਦਾ ਉੱਡ ਰਿਹਾ ਜੀ, ਉਹਨਾਂ 'ਚ ਆਪਸ 'ਚ ਡਿਵਾਈਡ ਹੋ ਜਾਣਾ ਸਾਰੇ 7 ਵਜੇ ਤੋਂ ਬਾਅਦ। ਪਹਿਲਾਂ ਨਹੀਂ 7 ਵਜੇ ਤੱਕ ਥੱਲੇ ਉੱਡਣੇ ਆਪਣੇ ਉੱਡ ਰਹੇ ਧੁੱਪ ਲਾ ਦੀ ਚੌਧਰੀ ਸਾਹਿਬ, ਫਿਰ ਘੱਟੋ ਘੱਟ 100 ਕਬੂਤਰ ਤੋਂ ਉੱਪਰ ਹੋਣਾ ਸੀ ਤੇ ਹੁਣ 60 ਹੋਇਆ ਜੀ, ਬਦਲਾਂ ਕਰਕੇ ਦੂਰ ਵਾਲੇ ਲੋਕ ਹੈ, ਮੌਸਮ ਖਰਾਬ ਕਰਕੇ ਥੋੜਾ ਜਿਹਾ ਲੋਕੀ ਆ ਨਹੀਂ ਸਕੇ ਮੀਂਹ ਕਰਕੇ। ਇਹਦੀ ਕੋਈ ਨਸਲ ਹੈ? ਹਾਂਜੀ ਹਾਂਜੀ ਹਾਂਜੀ, ਇਹ ਨਸਲ ਮਾਲਵੇ ਦੇ ਕਬੂਤਰ ਜਿਹੜੇ ਵਧੀਆ ਉੱਡਦੇ ਆ। ਸਾਰਿਆਂ ਦਾ ਵਾਈਟ ਹੁੰਦਾ, ਵਾਈਟ ਵੀ ਹੁੰਦਾ, ਲਾਲ ਵੀ ਹੁੰਦਾ, ਦਵਾਜ ਵੀ ਹੁੰਦਾ, ਕਾਲੇ ਵੀ ਹੁੰਦੇ ਆ, ਹਰ ਨਸਲ ਦੇ। ਇਹਦੇ ਬਾਰੇ ਹੋਰ ਦੱਸਣਾ ਚੌਧਰੀ ਸਾਹਿਬ, ਜਿੱਦਾਂ ਚੌਧਰੀ ਸਾਹਿਬ ਮੇਰੀ ਗੱਲ ਦਾ ਫੀਲ ਨਾ ਕਹਿੰਦਾ, ਕੁੜਤਾ ਤੁਸੀਂ ਪਾਇਆ ਵਾ ਕਿ ਕੁੜਤਾ ਅਸੀਂ ਲਾ ਕੇ ਉਨੀ ਦੇਰ ਉੱਡੀ ਜਾਊਗਾ, ਜਦੋਂ ਕੋਈ ਸ਼ਾਮੀ ਕੁੜਤਾ ਪਾਉਂਗੇ ਤਾਂ ਬੈਠੂਗਾ ਤਾਂ ਉੱਡਦਾ। ਇਹ ਸ਼ਰਟਾਂ ਤੇ ਲੱਗ ਜਾਂਦੇ, ਕੈਪ ਤੇ ਲੱਗ ਜਾਂਦੇ, ਪਗੜੀ ਤੇ ਲੱਗ ਜਾਂਦੇ, ਜਿੱਦਾਂ ਇਹਨਾਂ ਨੂੰ ਲਾਦਾ ਉੱਦਾਂ ਲੱਗ ਜਾਂਦੇ। ਫਿਰ ਇਹਨਾਂ ਦੀ ਡਾਇਟ ਬੜੀ ਹੈ, ਦੇਖੋ ਕਸਤੂਰੀ ਕਿੰਨੀ ਮਹਿੰਗੀ ਹੈ, ਸੁੱਚੇ ਮਹਿੰਗੀ, ਮੋਤੀ ਕਿੰਨੇ ਮਹਿੰਗੇ ਹੈ, ਕੇਸਰ ਕਿੰਨਾ ਮਹਿੰਗਾ ਵਾ, ਮਸਕੰਬਰ ਜਿਹੜਾ ਸਭ ਨੂੰ ਮਹਿੰਗਾ ਵਾ, ਇਹ ਚੀਜ਼ਾਂ ਦੀ ਡਾਇਟ ਨਾਲ ਦਿੰਦੇ, ਤਾਕਤ ਵਾਸਤੇ, ਸਟੈਮਿਨੇ ਵਾਸਤੇ। ਬਾਕੀ ਹੁਣ ਚੌਧਰੀ ਸਾਹਿਬ ਤੁਹਾਨੂੰ ਥੱਲੇ ਵੀ ਦਿਖਾਉਂਦੇ ਰਿਕਾਰਡ ਇਹਨਾਂ ਨੇ ਕਿੰਨੇ ਬਣਾ ਚੁੱਕਾ ਕਬੂਤਰ ਬਾਈ, ਕਿੰਨੇ ਲਿੱਤੇ ਅਵਾਰਡ ਲੋਕਾਂ ਨੂੰ, ਤੁਸੀਂ ਵੀ ਵੇਚਿਆ ਗਏ ਉਹਦੇ ਵਿੱਚ, ਤੁਸੀਂ ਸ਼ਾਇਦ ਅੱਜ ਦੇਖੋਗੇ ਥੱਲੇ ਵਾਲੇ ਚੈਨਲਾਂ ਦਾ ਚੱਲਣ ਡਿਆ, ਸਭ ਦੁਕਾਨ ਹੈ, ਅਖਬਾਰਾਂ ਰੋਜ਼ ਆ ਰਿਹਾ ਤੁਹਾਡੇ। ਇਹਦਾ ਪਿੰਜਰਿਆਂ ਜਾਂਦੇ ਜੀ ਕਬੂਤਰ ਸਾਰਿਆਂ, ਦੇਖੋ ਕਿੱਡੀ ਦੂਰੋਂ ਰਾਜ ਪੂਰਾ ਕਿੱਡੀ ਦੂਰ, ਜਿਹੜਾ ਮੋਟਰਸਾਈਕਲ ਮੋਗੇ ਤੋਂ ਵੀ ਆਇਆ, ਮੋਗੇ ਤੋਂ ਆਏ ਬੰਦੇ ਆਏ ਹੋਏ, ਬਹੁਤ ਖਿਡਾਰੀ ਉੱਡਦੀ ਹੈ।
ਥੱਲੇ ਬੈਠੀ ਬਾਜਾ ਮਾਰ ਮਾਰ ਕੇ ਅੰਦਰ ਕੀਤਾ। ਆਓ ਜੀ ਇਧਰ ਆ ਦੇਖੋ ਜੀ ਚੌਧਰੀ ਸਾਹਿਬ ਤੁਹਾਨੂੰ ਦਿਖਾਈਏ। ਹਾਂਜੀ ਚੌਧਰੀ ਸਾਹਿਬ ਜੀ ਆ ਦੇਖੋ ਜੀ ਨਾਲ ਆਪਣੇ ਮੈਂਬਰ ਪੰਜਾਬ ਆਪਣੀ ਪਾਰਟੀ ਦੇ ਬੰਦੇ ਬੜੇ ਪੁਰਾਣੇ ਤੁਹਾਨੂੰ ਸਾਡੀ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਭਰੇ ਕਮੈਂਟ ਜ਼ਰੂਰ ਕਰੋ। ਯੂਟਿਊਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਸਕਰੀਨ ਦੇ ਖੱਬੇ ਹੱਥ ਲੱਗੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਉਣ ਅਤੇ ਆਪਣੀ ਈਮੇਲ ਆਈਡੀ ਦਾ ਪਾਸਵਰਡ ਪਾ ਦੇਣ, ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ਆਈਡੀ ਤੱਕ ਪਹੁੰਚਦੀਆਂ ਰਹਿਣਗੀਆਂ। ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਆਪਣਾ ਇੱਕ ਸਬਸਕ੍ਰਾਈਬ ਜ਼ਰੂਰ ਦੇਵੋਗੇ। ਇਸੇ ਹੀ ਆਸ ਨਾਲ ਅਧਾਰਾ ਤਹਿਲਕਾ ਪੰਜਾਬ ਅਤੇ ਪਬਲਿਕ ਪੁਲਿਸ ਮੋਨੀਟਰ ਦੇ ਆਫਿਸ ਦੀ ਇੰਚਾਰਜ ਜੋਤੀ ਸੰਧੂ, ਬਾਬਾ ਮਾਰਕੀਟ, ਸੈਕਿੰਡ ਫਲੋਰ, ਆਪੋਜਿਟ ਬੱਸ ਸਟੈਂਡ, ਜਲੰਧਰ।